ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਜੀ ਦਵਿੰਦਰ ਸਿੰਘ, ਪਿੰਡ ਆ ਜੀ ਪ੍ਰਿੰਗੜੀ। ਮੈਂ ਸ਼ੁਰੂ ਕਰਨ ਜਾ ਰਿਹਾ ਆਪਣਾ ਯੂਟਿਊਬ ਵਲੌਗ ਚੈਨਲ ਦਵਿੰਦਰ ਸਿੰਘ ਵਲੌਗਸ। ਜਿਵੇਂ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈਣਾ ਜ਼ਰੂਰੀ ਆ, ਸੋ ਮੈਂ ਆਪਣਾ ਪਹਿਲਾ ਵਲੌਗ ਕਰਨ ਜਾ ਰਿਹਾ ਜੀ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ। ਚਲੋ ਆ ਜਾਓ, ਕਰਵਾਉਂਦੇ ਹਾਂ ਤੁਹਾਨੂੰ ਦਰਸ਼ਨ ਗੁਰਦੁਆਰਾ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਦੇ ਦਰਬਾਰ ਦੇ, ਪਿੰਡ ਪ੍ਰਿੰਗੜੀ। ਹੁਣ ਆਪਾਂ ਜਾਵਾਂਗੇ ਜੀ ਦਰਬਾਰ ਦੇ ਅੰਦਰ। ਇਹ ਆ ਜੀ ਦਰਬਾਰ ਦਾ ਮੇਨ ਗੇਟ, ਇੱਥੇ ਲਿਖਿਆ ਜੀ ਹੁਕਮਨਾਮਾ ਸਾਹਿਬ, ਸੰਗਤਾਂ ਪੜ੍ਹ ਸਕਦੀਆਂ। ਅਤੇ ਹੁਣ ਆਪਾਂ ਜਾਵਾਂਗੇ ਦਰਬਾਰ ਦੇ ਅੰਦਰ ਅਤੇ ਬਾਕੀ ਗੱਲਾਂ ਆਪਾਂ ਕਰਦੇ ਹਾਂ ਜੀ ਦਰਬਾਰ ਤੋਂ ਬਾਹਰ ਆ ਕੇ। ਆਪਾਂ ਆ ਗਏ ਹਾਂ ਜੀ ਦਰਬਾਰ ਦੇ ਦਰਸ਼ਨ ਕਰਕੇ ਬਾਹਰ। ਇੱਥੇ ਲਿਖਿਆ ਜੀ ਗੁਰਦੁਆਰਾ ਸਾਹਿਬ ਦਾ ਨਾਮ, ਅਤੇ ਇਹ ਲਿਖਿਆ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ, ਸੰਗਤਾਂ ਪੜ੍ਹ ਸਕਦੀਆਂ। ਆਪਾਂ ਵੀਡੀਓ ਇੱਥੇ ਰੋਕ ਕੇ ਰੱਖਾਂਗੇ। ਹੁਣ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ 'ਤੇ, ਤੁਹਾਨੂੰ ਬੈਕ ਸਾਈਡ ਤੋਂ ਵਿਖਾਵਾਂਗੇ ਗੁਰਦੁਆਰਾ ਸਾਹਿਬ, ਅਤੇ ਨਾਲੇ ਲੰਗਰ ਹਾਲ ਅਤੇ ਦੀਵਾਨ ਹਾਲ ਦੇ ਦਰਸ਼ਨ ਕਰਾਵਾਂਗੇ। ਆਪਾਂ ਆ ਗਏ ਹਾਂ ਜੀ ਬੈਕ ਸਾਈਡ 'ਤੇ, ਸੋ ਕਰੋ ਦਰਸ਼ਨ। ਅਤੇ ਇੱਧਰ ਆ ਜੀ ਲੰਗਰ ਹਾਲ, ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਲੰਗਰ ਹਾਲ ਦੇ ਅੰਦਰ। ਚਲੋ ਆ ਜਾਓ, ਕਰਵਾਉਂਦੇ ਹਾਂ ਦਰਸ਼ਨ। ਲਓ ਜੀ ਆਪਾਂ ਆ ਗਏ ਹਾਂ ਲੰਗਰ ਹਾਲ ਦੇ ਅੰਦਰ, ਜਿੱਥੇ ਗੁਰੂ ਕੇ ਲੰਗਰ ਤਿਆਰ ਕੀਤੇ ਜਾਂਦੇ ਆ, ਅਤੇ ਸੰਗਤਾਂ ਲੰਗਰ ਤਿਆਰ ਕਰ ਰਹੀਆਂ ਜੀ। ਤੁਸੀਂ ਦੇਖ ਸਕਦੇ ਹੋ ਸੇਵਾ ਚੱਲ ਰਹੀ ਆ। ਅਤੇ ਹੁਣ ਆਪਾਂ ਜਾਵਾਂਗੇ ਲੰਗਰ ਹਾਲ ਦੇ ਅੰਦਰ, ਜਿੱਥੇ ਪ੍ਰਸ਼ਾਦਾ ਛਕਾਇਆ ਜਾਂਦਾ ਜੀ। ਸੋ ਇੱਧਰ ਪਿਆ ਜੀ ਲੰਗਰ ਹਾਲ ਦਾ ਸਾਰਾ ਸਮਾਨ, ਜੋ ਵੀ ਵਰਤੋਂ ਵਿੱਚ ਆਉਂਦਾ। ਅਤੇ ਇਹ ਆ ਜੀ ਲੰਗਰ ਹਾਲ, ਜਿੱਥੇ ਪ੍ਰਸ਼ਾਦਾ ਛਕਾਇਆ ਜਾਂਦਾ। ਬਾਬਾ ਜੀ ਸੇਵਾ ਨਿਭਾ ਰਹੇ ਆ, ਸੰਗਤਾਂ ਪ੍ਰਸ਼ਾਦੇ ਛਕ ਰਹੀਆਂ ਜੀ। ਤੋ ਇਹ ਆ ਸਾਹਮਣੇ ਪਾਲਕੀ ਸਾਹਿਬ, ਜਿਸ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਦੇ ਘਰਾਂ ਵਿੱਚ ਲਿਜਾਇਆ ਜਾਂਦਾ ਜੀ। ਕਰੋ ਦਰਸ਼ਨ ਪਾਲਕੀ ਸਾਹਿਬ ਜੀ ਦੇ।
ਇੱਥੇ ਲੰਗਰ ਦਿਆਂ ਬਰਤਨਾਂ ਦੀ ਸੇਵਾ ਨਿਭਾਈ ਜਾਂਦੀ ਹੈ ਜੀ। ਆਪਾਂ ਹੁਣ ਚੱਲੇ ਹਾਂ ਬਾਹਰ ਅਤੇ ਤੁਸੀਂ ਦੇਖ ਸਕਦੇ ਹੋ ਇੱਧਰ ਆ ਜੀ ਜੋੜਾ ਘਰ, ਇਸ ਦੇ ਉੱਪਰ ਬਣਿਆ ਜੀ ਸੋਲਰ ਸਿਸਟਮ। ਇਹ ਆ ਜੀ ਮੇਨ ਗੇਟ, ਇਹ ਆ ਜੀ ਗੁਰਦੁਆਰਾ ਸਾਹਿਬ ਫਰੰਟ ਤੋਂ। ਹੁਣ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ, ਇੱਥੇ ਬਣਿਆ ਜੀ ਥੜਾ ਜਿੱਥੇ ਸੰਗਤਾਂ ਬੈਠਦੀਆਂ ਨੇ ਅਤੇ ਖੁੱਲ੍ਹੀ ਜਗ੍ਹਾ ਵਾ। ਜਦੋਂ ਗੁਰਦੁਆਰਾ ਸਾਹਿਬ ਵਿੱਚ ਮੇਲਾ ਹੁੰਦਾ ਇੱਥੇ ਲੰਗਰ ਦੇ ਪ੍ਰਬੰਧ ਕੀਤੇ ਜਾਂਦੇ ਆ ਇਸ ਜਗ੍ਹਾ 'ਤੇ। ਦੇਖ ਸਕਦੇ ਹੋ ਇੱਧਰ ਕਿਸਾਨਾਂ ਦਾ ਚੱਲ ਰਿਹਾ ਜੀ ਮੀਟਿੰਗ ਚੱਲ ਰਹੀ ਕਿਸਾਨਾਂ ਦੀ। ਕਰੋ ਜੀ ਦਰਬਾਰ ਦੇ ਦਰਸ਼ਨ ਬੈਕ ਸਾਈਡ ਤੋਂ, ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦੀਵਾਨ ਹਾਲ ਦੇ ਵੱਲ। ਕਰੋ ਜੀ ਦਰਸ਼ਨ ਦੀਵਾਨ ਹਾਲ ਦੇ। ਇੱਥੇ ਸਜਾਏ ਜਾਂਦੇ ਆ ਜੀ ਗੁਰੂ ਕੇ ਦੀਵਾਨ ਜਦੋਂ ਕੋਈ ਵੀ ਇਤਿਹਾਸਿਕ ਪ੍ਰੋਗਰਾਮ ਹੁੰਦਾ ਜੀ। ਹੁਣ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਬੈਕ ਗੇਟ ਵੱਲ, ਅਤੇ ਫਿਰ ਪਿੰਡ ਦੇ ਮੇਨ ਗੇਟ ਵੀ ਤੁਹਾਨੂੰ ਵਿਖਾਵਾਂਗੇ ਜੋ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਆ ਜੀ, ਹਰੀਕੇ ਪੱਟੀ ਰੋਡ ਦੇ ਉੱਪਰ ਆ। ਅਤੇ ਉਸ ਤੋਂ ਬਾਅਦ ਆਪਾਂ ਆਪਣਾ ਵਲੌਗ ਖਤਮ ਕਰਾਂਗੇ ਅਤੇ ਜਲਦੀ ਮਿਲਾਂਗੇ ਤੁਹਾਨੂੰ ਆਪਾਂ ਆਪਣੇ ਨਵੇਂ ਵਲੌਗ ਦੇ ਵਿੱਚ। ਉਹ ਵੀ ਆਪਾਂ ਤੁਹਾਨੂੰ ਆਪਣੇ ਪਿੰਡ ਦੇ ਵਿੱਚ ਹੀ ਸ਼ੂਟ ਕਰਾਂਗੇ, ਵਿਖਾਵਾਂਗੇ ਜੀ ਪਿੰਡ ਦੀ ਕੋਈ ਹੋਰ ਵਧੀਆ ਜਗ੍ਹਾ। ਕਰ ਸਕਦੇ ਜੀ ਤੁਸੀਂ ਦਰਸ਼ਨ ਬੈਕ ਸਾਈਡ ਤੋਂ, ਇੱਥੇ ਪਾਰਕਿੰਗ ਬਣੀ ਆ ਜੀ ਖੁੱਲ੍ਹੀ ਜਗ੍ਹਾ। ਨਿਸ਼ਾਨ ਸਾਹਿਬ ਜੀ ਦੇ ਕਰੋ ਦਰਸ਼ਨ। ਸੋ ਆਪਾਂ ਆ ਗਏ ਹਾਂ ਜੀ ਪਿੰਡ ਦੇ ਮੇਨ ਗੇਟ 'ਤੇ। ਚਲੋ ਦੋਸਤੋ ਮਿਲਦੇ ਹਾਂ ਹੁਣ ਆਪਾਂ ਆਪਣੇ ਨਵੇਂ ਵਲੌਗ 'ਚ।